ਕਪੂਰਥਲਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਏ ਦਿਨ ਕਦੇ ਪਾਣੀ ਦੀ ਸਮੱਸਿਆ ਹੋ ਜਾਂਦੀ ਹੈ ਤੇ ਕਈ ਵਾਰ ਸ਼ਰਿਆਮ ਸੜਕ ਤੇ ਕੂੜੇ ਦੇ ਢੇਰ ਲੱਗ ਜਾਂਦੇ ਨੇ, ਜਿਨ੍ਹਾਂ ਦਾ ਸਰਕਾਰ ਦੇ ਵੱਲੋਂ ਜਾਂ ਕਹੀਏ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਸਾਰ ਨਹੀਂ ਲਿੱਤੇ ਜਾ ਰਹੇ, ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ। ਜਿਹਦੇ ਚੱਲਦੇ ਕਪੂਰਥਲਾ ਸ਼ਹਿਰ ਦੇ ਵਿੱਚ ਏਕਤਾ ਪਾਰਟੀ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਸਾਂਝੇ ਤੌਰ ਤੇ ਅੰਮ੍ਰਿਤਸਰ ਕਪੂਰਥਲਾ ਬਾਈਪਾਸ ਰੋਡ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ। ਰੋਡ ਪੂਰੀ ਤਰੀਕੇ ਨਾਲ ਜਾਮ ਕਰ ਦਿੱਤੀ ਗਈ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹਦੇ ਨਾਲ ਹੀ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤੁਸੀਂ ਵੀ ਸੁਣੋ ਕਿ ਆਖਿਰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਤੇ ਪ੍ਰਸ਼ਾਸਨ ਤੋਂ ਕਿਸ ਚੀਜ਼ ਦੀ ਮੰਗ ਕਰ ਰਹੇ ਨੇ। ਅੱਜ ਦਾ ਜਿਹੜਾ ਏਕਤਾ ਪਾਰਟੀ ਵੱਲੋਂ ਇੱਕ ਰੋਸ ਧਰਨਾ ਜਿਹੜਾ ਉਹ ਰੋਡ ਜਾਮ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ, ਕਿਉਂਕਿ ਕਪੂਰਥਲੇ ਵਿੱਚ ਕਾਫੀ ਸਮੱਸਿਆ ਜਿਹੜੀ, ਵੈਸੇ ਤਾਂ ਪੂਰੇ ਪੰਜਾਬ ਸਮੱਸਿਆ ਬਹੁਤ ਹੈਗੀਆਂ ਵਾ, ਪਰ ਹਲਕਾ ਕਪੂਰਥਲਾ ਦੇ ਵਿੱਚ ਵੀ ਜਦੋਂ 25 ਸਾਲ ਪਹਿਲਾਂ ਇੱਕ ਮੰਨਿਆ ਪਰਮੰਨਿਆ ਕਪੂਰਥਲਾ ਸੀਗਾ, ਵੀ ਕਪੂਰਥਲਾ ਇੱਕ ਸੋਨੇ ਚਿੜੀ ਸੀਗੀ। ਲੋਕ ਉਦਾਹਰਨ ਦਿੰਦੇ ਸੀ ਕਪੂਰਥਲੇ 'ਚ ਪਾਣੀ ਪ੍ਰੋਪਰ ਹੈ, ਸੀਵਰੇਜ ਪ੍ਰੋਪਰ ਹੈ, ਉਹ ਸਫਾਈ ਪ੍ਰੋਪਰ ਹੈ, ਇੱਥੇ ਕੋਈ ਇਹੋ ਜਿਹੀ ਲਿੰਕ ਨਹੀਂ ਸੀ ਹੈਗਾ। ਪਰ ਜਿਉਂ ਦਾ ਰਾਣਾ ਗੁਰਜੀਤ ਸਿੰਘ ਨੇ ਕਪੂਰਥਲੇ 'ਚ ਪੈਰ ਪਾਇਆ, ਉਂ ਦਾ ਮੈਂ ਸਮਝਦਾ ਕਪੂਰਥਲਾ ਡਾਊਨ ਦਾ ਡਾਊਨ ਜਿਹੜਾ ਹੁੰਦਾ ਆਇਆ। ਪਰ ਅੱਜ ਤੱਕ 25 ਸਾਲ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਿਸੇ ਗਲੀ ਦਾ ਹੱਥ ਰੱਖ ਕੇ ਕਹਿ ਦੇਵੇ ਜਾਂ ਕਿਸੇ ਸੜਕ ਦਾ ਹੱਥ ਰੱਖ ਕੇ ਕਹਿ ਦੇਵੇ ਕਿ ਆਹ ਮੈਂ ਬਣਾਈ ਹੈ ਜੀ, ਜਿਹੜੀ ਬਣਾਈ ਵੀ ਹੈ ਉਹ 6 ਮਹੀਨੇ ਬਾਅਦ ਟੁੱਟ ਗਈ ਹੈ। ਇਸ ਕਰਕੇ ਅੱਜ ਕਪੂਰਥਲੇ ਦੇ ਵਿੱਚ ਪਿਛਲੇ ਦਿਨੀ ਬਾਰਿਸ਼ਾਂ ਦੇ ਦਿਨ ਸੀਗੇ, ਔਰ ਮੈਂ ਸਮਝਦਾ ਕਪੂਰਥਲੇ ਦੇ ਵਿੱਚ ਬਾਜ਼ਾਰਾਂ 'ਚ, ਸੜਕਾਂ 'ਚ, ਚੌਂਕਾਂ 'ਚ ਕੂੜੇ ਦੀ ਬਹੁਤ ਵੱਡੇ ਢੇਰ ਲੱਗੇ ਸੀਗੇ। ਉਹ ਪਾਣੀ ਜਿਹੜਾ ਸੀਵਰੇਜ ਅਟੈਚ ਹੋ ਗਿਆ ਸੀਗਾ, ਉਹਦੇ ਨਾਲ ਕਪੂਰਥਲੇ 4-5 ਮੌਤਾਂ ਜਿਹੜੀਆਂ ਕਪੂਰਥਲੇ 'ਚ ਹੋਈਆਂ, ਪਰ ਉਹਨਾਂ ਪਰਿਵਾਰਾਂ ਨੂੰ ਕੋਈ ਨਹੀਂ ਮਿਲਿਆ, ਨਾ ਪਰਿਵਾਰਾਂ ਤੋਂ ਕਿਸੇ ਨੇ ਦੁੱਖ ਦਾ ਜ਼ਾਹਰਾ ਕੀਤਾ। ਪਰ ਜੇ ਰਾਣਾ ਗੁਰਜੀਤ ਸਿੰਘ ਅੱਜ MLA ਖੁਦ ਹੈ, ਮੇਅਰ ਇਹਦਾ ਵਾ, MC ਇਹਦੇ ਹੈ, ਔਰ 14 ਕਰੋੜ ਰੁਪਈਆ ਮੈਂ ਸਮਝਦਾ ਨਗਰ ਨਿਗਮ ਦੇ ਕੋਲ ਪਿਆ। ਪਹਿਲੀ ਗੱਲ ਤਾਂ ਕਪੂਰਥਲਾ ਨਗਰ ਨਿਗਮ ਦਾ ਭੇਜੇ ਕਿਸੇ ਲੇਖੇ 'ਚ ਹੈ ਨਹੀਂ ਸੀਗਾ, ਕਿਉਂਕਿ ਛੋਟਾ ਜਿਹਾ ਸ਼ਹਿਰ ਹੈ, ਇੱਥੇ ਨਗਰ ਕੌਂਸਲ ਬੜੀ ਮੁਸ਼ਕਲ ਚੱਲਦੀ ਸੀਗੀ। ਅੱਜ 50 MCਾਂ ਦੀ ਤਨਖਾਹਾਂ ਕੱਢਣੀਆਂ ਪੈਂਦੀਆਂ, ਮੇਅਰ ਦੀ ਤਨਖਾਹ ਕੱਢਣੀ ਪੈਂਦੀ ਹੈ, ਕਮਿਸ਼ਨ ਦੀ ਤਨਖਾਹ ਕੱਢਣੀ ਪੈਂਦੀ ਹੈ, ਪਰ ਕਪੂਰਥਲਾ ਜਿਹੜਾ ਵਾ ਉਹ ਜ਼ਮੀਨ ਵਾਂਗੂ ਡੋਨ 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 ਹੋਈ ਜਾਂਦਾ। ਅਸੀਂ ਪਹਿਲਾਂ ਵੀ ਮੰਗ ਕਰਦੇ ਹਾਂ, ਅਸੀਂ ਅੱਜ ਵੀ ਇਹੀ ਮੰਗ ਕਰਦੇ ਹਾਂ ਵੀ ਜੇ ਆਪਾਂ ਕਪੂਰਥਲਾ ਬਚਾਉਣਾ ਤਾਂ ਰਾਣਾ ਗੁਰਜੀਤ ਸਿੰਘ ਦੇ ਕੋਲੋਂ ਆਪਾਂ ਨੂੰ ਛੁਟਕਾਰਾ ਪਾਉਣਾ ਪੈਣਾ। ਜਿੰਨਾ ਚਿਕਰ ਰਾਣਾ ਗੁਰਜੀਤ ਸਿੰਘ ਇੱਥੋਂ ਚੰਡੀਗੜ੍ਹ ਨਹੀਂ ਜਾਂਦਾ, ਉਹਨਾਂ ਚਿਕਰ ਕਪੂਰਥਲੇ ਸਮੱਸਿਆ ਦਾ ਹੱਲ ਨਹੀਂ ਹੋਣਾ, ਕਿਉਂਕਿ ਅੱਜ ਏਕਤਾ ਪਾਰਟੀ ਅਤੇ ਕਿਸਾਨ ਯੂਨੀਅਨ ਨੇ ਇਹ ਧਈਆ ਕੀਤਾ ਪਿਆ ਵਾ ਵੀ ਕਪੂਰਥਲੇ ਨੂੰ ਸਾਫ਼ ਸੁਥਰਾ ਕਰਨ ਵਾਸਤੇ ਜਿਹੜੀ ਵੀ ਕੁਰਬਾਨੀ ਦੇਣੀ ਪਈ ਉਹ ਅਸੀਂ ਦਿਆਂਗੇ। ਜਿਹੜੇ ਬਹੁਤ ਮਾੜੇ ਹੋਏ ਪਏ ਆ, ਕਿਉਂਕਿ ਜ਼ਿੰਮੇਵਾਰ ਧਿਰਾਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਦੀਆਂ। ਸੋ ਏਕਤਾ ਪਾਰਟੀ ਨੇ ਔਰ ਨਾਲ ਕਿਸਾਨ ਯੂਨੀਅਨ ਨੇ ਜਿਹੜਾ ਇਹ ਮੁੱਦਾ ਚੱਕਿਆ, ਇਹਨਾਂ ਦਾ ਆਪਣਾ ਨਹੀਂ ਹੈ। ਸੋ ਸ਼ਹਿਰ, ਤੁਸੀਂ ਸ਼ਹਿਰ ਦੇ ਦੁਆਲੇ ਦੁਆਲੇ ਕਿਤੇ ਵੀ ਦੇਖ ਲਓ, ਕਪੂਰਥਲਾ ਸ਼ਹਿਰ ਜਿਹੜਾ ਸਫਾਈ ਦੇ ਨਾਮ 'ਤੇ ਪ੍ਰਚਲਿਤ ਸੀ, ਜੇ ਹਰ ਕੋਈ ਕਹਿੰਦਾ ਕਪੂਰਥਲਾ ਬਹੁਤ ਸਾਫ਼ ਸੁਥਰਾ ਸ਼ਹਿਰ ਹੈ, ਉਹ ਸ਼ਹਿਰ ਜਿਹੜਾ ਉਹ ਗੰਦ ਨਾਲ ਭਰ ਚੁੱਕਾ ਹੈ।
ਔਰ ਜਿਹੜੇ ਇਹਨਾਂ ਦੇ ਐਮ ਸੀ ਹੈ ਜਾਂ ਜ਼ਿੰਮੇਵਾਰ ਧਿਰਾਂ ਹੈ ਉਹ ਆਰਾਮ ਨਾਲ ਆਪਣੀਆਂ ਜਿਹੜੀਆਂ ਮਿਲੀ ਇਹਨਾਂ ਨੂੰ ਜਿਹੜੀ ਆ ਗੱਦੀ ਮਿਲੀ ਹੈ ਉਹਦਾ ਆਨੰਦ ਮਾਣ ਰਿਹਾ ਆ। ਮੈਂ ਦੇਖਦਾ ਹੁੰਦਾ ਛੋਟੇ ਛੋਟੇ ਮੇਲਿਆਂ 'ਤੇ ਜਾ ਕੇ, ਚਾਰ ਕੁ ਲੋਕਾਂ ਦੇ ਭੋਗਾਂ 'ਤੇ ਜਾ ਕੇ ਜਾਂ ਕਿਸੇ ਛੋਟੇ ਪ੍ਰੋਗਰਾਮ ਟੂਰਨਾਮੈਂਟਾਂ 'ਤੇ ਜਾ ਕੇ ਜਦੋਂ ਇਹ ਲੋਕਾਂ ਨੂੰ ਜੱਫੀਆਂ ਪਾਉਂਦੇ ਆ, ਜਦੋਂ ਲੋਕਾਂ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਜਦੋਂ ਫੇਸਬੁੱਕ 'ਤੇ ਪਾਉਂਦੇ ਆ, ਉਦੋਂ ਬੜਾ ਸ਼ਰਮ ਆਉਂਦੀ ਹੈ ਕਿ ਕਿਹੜੇ ਕੰਮ ਨੂੰ ਇਹ ਬਿਠਾਏ ਸੀ, ਇਹਨਾਂ ਕੰਮਾਂ ਨੂੰ ਬਿਠਾਏ ਸੀ। ਸ਼ਹਿਰ ਜਿਹੜਾ ਗੰਦ ਨਾਲ ਭਰਿਆ ਪਿਆ ਹੈ, 14 ਕਰੋੜ ਰੁਪਇਆ ਜਿਹੜਾ ਕਪੂਰਥਲੇ ਸ਼ਹਿਰ ਨੂੰ ਆ ਚੁੱਕਾ ਹੈ ਉਹ ਕਿੱਥੇ ਜਾਊਗਾ। ਪਿਛਲੇ 25 ਸਾਲਾਂ ਤੋਂ ਜਿਹੜਾ ਕੂੜੇ ਦਾ ਆ ਕੋਈ ਪ੍ਰਬੰਧ ਨਹੀਂ ਹੋ ਸਕਿਆ, ਕੋਈ ਡੰਪ ਕੋਈ ਜ਼ਮੀਨ ਲੈ ਕੇ ਕੂੜੇ ਲਈ ਜਿਹੜਾ ਪ੍ਰਬੰਧ ਨਹੀਂ ਕੀ ਕਰ ਸਕੇ, ਕਿਉਂਕਿ ਇਹ ਲੋਕ ਜ਼ਿੰਮੇਵਾਰ ਹੈ। ਇਹ ਫਿਰ ਕਾਹਦਾ ਕਰਕੇ ਵੋਟਾਂ ਇਹਨਾਂ ਨੂੰ ਪਾਈਆਂ, ਕਿਉਂ ਇਹਨਾਂ ਨੂੰ ਬਿਠਾਇਆ ਗਿਆ, ਇਹਨਾਂ ਨੂੰ ਕੇਵਲ ਰਿਬਨ ਕੱਟਣ ਲਈ ਬਿਠਾਇਆ ਗਿਆ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕ ਜਿਹੜੇ ਆ ਸੜਕਾਂ 'ਤੇ ਆ ਕੇ ਆਪਣੇ ਸ਼ਹਿਰ ਦੀ ਸਫਾਈ ਵਾਸਤੇ ਗੁਹਾਰ ਲਾ ਰਹੇ ਆ, ਪਰ ਇਹ ਲੋਕ ਬੇਸ਼ਰਮ ਹੈ।